श्रोमणी गायक सुरिंदर शिंदा जी की अंतिम विदाई ते पम्मी बाई जी पहुंचने गलबात कर लेने बाई साहब अज शिंदा जी की अंतिम विदाई हैगी 26 तरीक लास्ट साह लिते उन्होंने सो किस तरह देखते उन्होंने गायकी उन्होंने छवि अज साडे तों अलविदा हो रहे ने साडा एक बहुत ही उंदा गायक पंजाब दा श्रोमणी अवार्डी गायक बुलंद आवाज दा मालिक अज सातो सदा लई रुखसत हो रहा है अज लखां उन्हां दे चाहुण वाले उन्हां नूं मुहब्बत करन वाले अंतम उन्हां दे इस वधाईगी नूं वेखण दे लई पहुंच रहे ने जिथे साडी पंजाब दी संगीतक इंडस्ट्री नूं बहुत वड्डा बाई जी उन्हां दा बेवक्ता तुर जाण दा घट है उत्थे परिवार नूं बहुत वड्डा घट है ते उन्हां दे साडे वर्गे दोस्तां नूं बहुत वड्डा घट है कि एक बहुत ही कला गायक ही नहीं सी यारां दा यार सी एक बहुत वधिया इंसान सी ते बहुत ही अच्छा कंपोजर सी ते मेरी ते एक ख्वाहिश जिहड़ी साडी दोनां दी अधूरी रह गई सतनाम पंजाबी ने एक साडे लई गाणा लिखिया बोलियां लिखियां असीं इत्थे बह के घर बह के उहदी कंपोजिशन बनाई पर उह किस्मत दे विच नहीं सी असीं इकट्ठिआं ने गाउणा सो उस गल दा अफसोस रहूगा ਹੈ ਕਿ ਬਾਈ ਹੋਣਾ ਦੇ ਨਾਲ ਉਹਨਾਂ ਦੀ ਬੜੀ ਖੁਆਇਸ਼ ਸੀ ਜਦੋਂ ਕਦੇ ਵੀ ਫੋਨ ਤੇ ਕਰਨਾ ਆਪਣਾ ਗਾਣਾ ਅਧੂਰਾ ਹੈ ਆਪਾਂ ਇਕੱਠਿਆਂ ਨੇ ਗਾਉਣਾ ਕਿਉਂਕਿ ਉਹਨਾਂ ਨੇ ਬਹੁਤ ਕਲਾਕਾਰਾਂ ਨਾਲ ਗਾਇਆ ਤੇ ਬੜੇ ਵੱਡੇ ਗਾਇਕ ਸਨ ਤੇ ਉਹਨਾਂ ਦਾ ਬੇਵਕਤਾ ਤੁਰ ਜਾਣਾ ਬਹੁਤ ਹੀ ਦਰਦਨਾਕ ਤੇ ਅਫਸੋਸ ਭਰੇ ਲੱਗਦਾ ਸੀ ਕਿ ਐਡੀ ਜਲਦੀ ਅਲਵਿਦਾ ਸੁਰਿੰਦਰ ਸ਼ਿੰਦਾ ਕਹਿ ਦੇਣਗੇ ਸਿਹਤ ਜਲਦੀ ਖਰਾਬ ਹੋ ਜਾਏਗੀ ਇਸ ਪੰਜਾਬ ਤੋਂ ਅਲਵਿਦਾ ਆਪਣੇ ਤੋਂ ਅਲਵਿਦਾ ਹੋ ਜਾਣਗੇ ਸੋ ਇਹ ਲੱਗਦਾ ਸੀ ਕਿ ਸੁਰਿੰਦਰ ਸ਼ਿੰਦਾ ਜਲਦੀ ਬਿਮਾਰ ਹੋ ਜਾਣਗੇ ਜਲਦੀ ਅਲਵਿਦਾ ਕਰ ਜਾਣਗੇ ਨਹੀਂ ਕਦੇ ਸੋਚਿਆ ਵੀ ਨਹੀਂ ਸੀ ਇਸ ਗੱਲ ਦਾ ਹਾਲਾਂਕਿ ਸ਼ੂਗਰ ਪੇਸ਼ੈਂਟ ਤੇ ਉਹ ਬੜੀ ਦੇਰ ਤੋਂ ਸੀ ਪਰ ਇਸ ਤਰ੍ਹਾਂ ਦੀ ਗੱਲ ਕਦੇ ਵੀ ਨਹੀਂ ਸੁਣੀ ਸੀ ਹੈਗੀ ਵੀ ਉਹ ਐ ਹਾਲਾਂਕਿ ਉਹ ਗ੍ਰੀਨ ਕਾਰਡ ਹੋਲਡਰ ਸਨ ਅਮਰੀਕਾ ਦੇ ਤੇ ਇਹ ਤੋਂ ਵੀ ਅਲੱਗ ਦਰਜੇ ਦੇ ਇਲਾਜ ਉੱਥੇ ਹੋ ਸਕਦੇ ਸੀ ਜੇ ਉਹਨਾਂ ਨੂੰ ਕੋਈ ਇਹਦੀ ਸੀਰੀਅਸਨੈਸ ਹੁੰਦੀ ਤਾਂ ਉਹ ਚਲੇ ਜਾਂਦੇ ਪਰ ਉਹ ਪਤਾ ਨਹੀਂ ਕਿਸ ਵਜ੍ਹਾ ਕਰਕੇ ਕੋਈ ਮਤਲਬ ਕਿ ਇਸ ਤਰ੍ਹਾਂ ਦਾ ਕੰਮ ਹੋਇਆ ਕਿ ਇੱਥੇ ਛੋਟਾ ਜਿਹਾ ਓਪਰੇਟ ਹੋਇਆ ਤੇ ਉਹਦੇ ਮਗਰੋਂ ਇਨਫੈਕਸ਼ਨ ਹੋ ਗਈ ਤੇ ਰਿਵਾਈਵਲ ਨਹੀਂ ਹੋ ਸਕੀ ਇਸ ਗੱਲ ਦਾ ਅਫਸੋਸ ਵੀ ਰਹੂਗਾ ਦੁੱਖ ਵੀ ਰਹੂ ਲਾਸਟ ਮੁਲਾਕਾਤ ਲਾਸਟ ਕੋਈ ਗੱਲਬਾਤ ਕੋਈ ਹੋਈ ਹੋਵੇ ਹਸਪਤਾਲ ਦੇ ਵਿੱਚ ਕੋਈ ਇਦਾਂ ਦੀ ਹਸਪਤਾਲ ਵਕਤ ਤੇ ਉਹਨਾਂ ਨੂੰ ਕਹਿੰਦੇ ਨੇ ਜਿਹੜਾ ਹੈਗਾ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਗੁਫ਼ਤਗੂ ਹੋ ਸਕੀ ਪਰ ਉਹ ਤੋਂ ਪਹਿਲਾਂ ਦੀ ਗੁਫ਼ਤਗੂ ਜ਼ਰੂਰ ਹੈ ਕਿ ਮਹੀਨਾ ਕੁ ਪਹਿਲਾਂ ਉਹਨਾਂ ਨੇ ਫੋਨ ਕੀਤਾ ਸੀ ਕਿ ਬਾਈ ਜਲੇਬੀਆਂ ਇਕੱਠੀਆਂ ਨੇ ਖਾਣੀਆਂ ਨੇ ਅਸੀਂ ਜਦੋਂ ਕਦੇ ਵੀ ਇੱਥੇ ਆਉਂਦੇ ਤੇ ਮੈਂ ਉਹਨਾਂ ਨੂੰ ਹੱਸਦਾ ਵੀ ਤੁਹਾਨੂੰ ਸ਼ੂਗਰ ਹੈ ਨਾ ਜਲੇਬੀਆਂ ਖਾਇਆ ਕਰੋ ਉਹ ਨਹੀਂ ਯਾਰ ਜਲੇਬੀਆਂ ਫੇਰ ਖਾਣੀ ਨੇ ਕੋਈ ਗੱਲ ਨਹੀਂ ਸ਼ੂਗਰ ਠੀਕ ਹੋ ਜੂਗੀ ਸੋ ਇਸ ਤਰ੍ਹਾਂ ਦੇ ਮਤਲਬ ਕਿ ਹਸਮੁਖ ਸੁਭਾਅ ਦੇ ਬੰਦੇ ਸਨ ਬਹੁਤ ਹੀ ਅੱਛੇ ਯਾਰਾਂ ਦੇ ਯਾਰ ਸਨ ਤੇ ਬਸ ਇੱਕ ਯਾਦਾਂ ਰਹਿ ਗਈਆਂ ਨੇ ਅਮਰੀਕਾ ਦੀਆਂ ਕੈਨੇਡਾ ਦੀਆਂ ਉਹ ਯਾਦਾਂ ਹਮੇਸ਼ਾ ਹੀ ਫਿਜ਼ਾ 'ਚ ਗੂੰਜਣਗੀਆਂ ਉਹਨਾਂ ਦੀ ਆਵਾਜ਼ ਹਮੇਸ਼ਾ ਪੰਜਾਬ ਦੇ ਲੋਕ ਮੰਨਣਗੇ ਸੁਣਨਗੇ ਯਾਦਾਂ ਜਿਹੜੀਆਂ ਵਾ ਉਹ ਰਹਿ ਗਈਆਂ ਨੇ ਯਾਦਾਂ ਦੇ ਵਿੱਚ ਹੀ ਸੁਰਿੰਦਰ ਸ਼ਿੰਦਾ ਜੀ ਰਹਿ ਗਏ ਨੇ ਸੋ ਪੰਮੀ ਬਾਈ ਉਹਨਾਂ ਨਾਲ ਗੱਲਬਾਤ ਕੀਤੀ ਆ ਵਿਸ਼ੇਸ਼ ਗੱਲਬਾਤ ਕਰ ਰਹੇ ਸੀਗੇ ਸੋ ਉਹਨਾਂ ਨੇ ਦੱਸਿਆ ਕਿ ਸੁਰਿੰਦਰ ਸ਼ਿੰਦਾ ਜੀ ਅੱਛੇ ਇਨਸਾਨ ਸੀ ਅੱਛੀ ਕਲਾਕਾਰੀ ਸੀ ਸੋ ਯਾਦਾਂ ਦੇ ਵਿੱਚ ਹੁਣ ਉਹ ਸੁਰਿੰਦਰ ਸ਼ਿੰਦਾ ਜੀ ਰਹਿ ਗਏ ਨੇ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਬਿੰਦੂ ਜਗਮਨ ਟੀਵੀ ਲੁਧਿਆਣਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ